ਮਹਿਬੂਬ ਨੇਤਾ ਭਗਵੰਤ ਮਾਨ ਜੀ ਸਾਡੇ ਵਿੱਚ ਪਹੁੰਚ ਚੁੱਕੇ ਨੇ। ਫਤਿਹ ਪ੍ਰਵਾਨ ਕਰ ਲਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰੋ, ਕੋਈ ਸਮਾਂ ਸੀ ਜਦੋਂ ਪੰਜਾਬ ਜਾਣਿਆ ਜਾਂਦਾ ਸੀ ਗਿੱਧੇ ਭੰਗੜੇ ਵਾਸਤੇ, ਕੋਈ ਸਮਾਂ ਸੀ ਜਦੋਂ ਪੰਜਾਬ ਜਾਣਿਆ ਜਾਂਦਾ ਸੀ ਕਿਸਾਨਾਂ ਦੇ ਹਰੇ ਭਰੇ ਖੇਤਾਂ ਵਾਸਤੇ, ਫੌਜ ਦੇ ਜਰਨੈਲਾਂ ਵਾਸਤੇ ਜਦੋਂ ਪੰਜਾਬ ਜਾਣਿਆ ਜਾਂਦਾ ਸੀ ਖੇਡਾਂ ਚੋਂ, ਕਬੱਡੀਆਂ ਚੋਂ, ਫੁੱਟਬਾਲਾਂ ਚੋਂ, ਹਾਕੀਆਂ ਚੋਂ ਫਸਟ ਆਉਣ ਵਾਲਿਆਂ ਵਾਸਤੇ, ਤੇ ਅੱਜ ਦੀ ਡੇਟ 'ਚ ਅੱਜ ਪੰਜਾਬ ਅਨਕੰਮੀਆਂ ਸਰਕਾਰਾਂ ਕਰਕੇ, ਅੱਜ ਪੰਜਾਬ ਜਾਣਿਆ ਜਾਂਦਾ ਸਮੈਕੀਆਂ ਕਰਕੇ, ਬਲੈਕੀਆਂ ਕਰਕੇ, ਅੱਜ ਪੰਜਾਬ ਜਾਣਿਆ ਜਾਂਦਾ ਸਮਗਲਰਾਂ ਕਰਕੇ, ਅੱਜ ਪੰਜਾਬ ਜਾਣਿਆ ਜਾਂਦਾ ਮਜੀਠੀਆਂ ਕਰਕੇ, ਅੱਜ ਪੰਜਾਬ ਜਾਣਿਆ ਜਾਂਦਾ ਮੁਰਦਾਬਾਦ ਦੇ ਨਾਰਿਆਂ ਕਰਕੇ, ਅੱਜ ਪੰਜਾਬ ਜਾਣਿਆ ਜਾਂਦਾ ਧਰਨਿਆਂ ਹੜਤਾਲਾਂ ਕਰਕੇ, ਅੱਜ ਪੰਜਾਬ ਜਾਣਿਆ ਜਾਂਦਾ ਲਹਿੰਦੀਆਂ ਚੁੰਨੀਆਂ ਤੇ ਢਹਿੰਦੀਆਂ ਪੱਗਾਂ ਕਰਕੇ ਜਾਣਿਆ ਜਾਂਦਾ ਅੱਜ ਪੰਜਾਬ। ਕਿਸਾਨ ਆਤਮ ਹੱਤਿਆ ਕਰੀ ਜਾਂਦਾ, ਜਿਹੜੇ ਰੱਸੇ ਬਲਦਾਂ ਦੇ ਗਲਾਂ 'ਚ ਟੱਲੀਆਂ ਪਾਉਣ ਵਾਸਤੇ ਬਣੇ ਸੀ ਉਹ ਰੱਸੇ ਕਿਸਾਨ ਦੇ ਗਲ ਦਾ ਫਾਹਾ ਬਣ ਗਏ। ਜਦੋਂ ਮੈਂ ਪਾਰਲੀਮੈਂਟ ਦੇ ਵਿੱਚ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਦਾ ਮੁੱਦਾ ਉਠਾਉਣਾ ਕਿ ਸਪੀਕਰ ਸਾਹਿਬਾ, ਪੰਜਾਬ ਦਾ ਕਿਸਾਨ ਆਤਮ ਹੱਤਿਆ ਕਰੀ ਜਾਂਦਾ, ਸਾਰੇ ਮੁਲਕ ਦਾ ਢਿੱਡ ਭਰਦਾ ਸੀ, ਅੱਜ ਆਪ ਭੁੱਖਾ ਸੌਂ ਜਾਂਦਾ, ਕੋਈ ਹੀਲਾ ਕਰੋ, ਕੋਈ ਬਾਂਹ ਫੜੋ। ਉਸ ਵੇਲੇ ਮੇਰੇ ਕੋਲੇ ਤਾਮਿਲਨਾਡੂ ਦੇ MP ਆ ਜਾਂਦੇ ਆ, ਉਸ ਵੇਲੇ ਮੇਰੇ ਕੋਲੇ ਉੜੀਸਾ ਦੇ MP ਆ ਜਾਂਦੇ ਆ, ਕੇਰਲਾ ਵਾਲੇ MP ਆ ਜਾਂਦੇ ਆ। ਕੀ ਕਹਿੰਦੇ ਆ, ਮਾਨ ਸਾਹਿਬ ਅੱਜ ਆਪਨੇ ਜੋ ਪੰਜਾਬ ਕੇ ਕਿਸਾਨੋ ਕੇ ਮੁੱਦੇ ਕੀ ਬਾਤ ਉਠਾਈ, ਜੋ ਆਤਮ ਹੱਤਿਆ ਕਰ ਰਹੇ ਹੈ, ਕਿਆ ਵੋ ਬਾਤ ਸੱਚ ਹੈ? ਨਾਨਕਾ ਜੀ ਸੱਚ ਹੈ। ਕਹਿੰਦੇ ਹਮ ਯੇ ਸੋਚ ਨਹੀਂ ਸਕਤੇ, ਹਮ ਯੇ ਯਕੀਨ ਨਹੀਂ ਕਰ ਸਕਤੇ ਕਿ ਪੰਜਾਬ ਕਾ ਕਿਸਾਨ ਵੀ ਆਤਮ ਹੱਤਿਆ ਕਰਤਾ ਹੈ। ਹਮਨੇ ਤੋ ਸੋਚਾ ਪੰਜਾਬ ਬਹੁਤ ਹਰਾ ਭਰਾ ਪ੍ਰਦੇਸ਼ ਹੈ, ਪੰਜਾਬ ਕਾ ਕਿਸਾਨ ਤੋ ਬਹੁਤ ਖੁਸ਼ਹਾਲ ਹੈ। ਮੈਂ ਕਿਹਾ ਜੀ ਕੀ ਦੱਸੀਏ, PTC ਚੈਨਲ ਦੀਆਂ ਮਸ਼ਹੂਰੀਆਂ 'ਚ ਖੁਸ਼ਹਾਲ ਹੈ। PTC ਚੈਨਲ ਦੀਆਂ ਮਸ਼ਹੂਰੀਆਂ 'ਚ ਖੁਸ਼ਹਾਲ ਹੈ, ਬਾਕੀ ਸਾਡੀਆਂ ਫਰਦਾਂ ਕਢਾ ਕੇ ਦੇਖ ਲਓ, ਸਾਰੀਆਂ ਲਕੀਰੇ ਹੀ ਲਾਲ ਹੈ, ਲਿਮਟਾਂ ਬਣਾਈ ਬੈਠੇ, ਕਰਜ਼ੇ ਲਈ ਬੈਠੇ। ਅੱਜ ਪੰਜਾਬ ਦੇ ਨੌਜਵਾਨ ਮੁੰਡੇ ਜਾਂ ਤਾਂ ਨਸ਼ੇ 'ਚ ਤੱਕਦੇ ਜਾਂ ਫਿਰ ਪਾਸਪੋਰਟ ਬਣਾ ਲੈਂਦੇ ਆ, ਮਾਂ ਦੀਆਂ ਵਾਲੀਆਂ ਵੇਚ ਕੇ, ਪਿਓ ਦੀ ਜ਼ਮੀਨ ਵੇਚ ਕੇ, ਟਰੈਵਲ ਏਜੰਟਾਂ ਕੋਲੇ 20-20 25-25 30-30 ਲੱਖ ਰੁਪਈਆ ਚੱਕੀ ਫਿਰਦੇ ਆ। ਸਾਨੂੰ ਇਸ ਮੁਲਕ ਚੋਂ ਕੱਢ ਦਿਓ ਜੀ, ਸਾਨੂੰ ਇਸ ਮੁਲਕ ਚੋਂ ਬਾਹਰ ਕੱਢ ਦਿਓ ਜੀ। ਮੇਰੇ ਵੀਰੋ, ਇਹ ਗੁਰੂਆਂ ਪੀਰਾਂ ਦੀ ਧਰਤੀ, ਇਹ ਪੀਰਾਂ ਫਕੀਰਾਂ ਦੀ ਧਰਤੀ, ਸ਼ਹੀਦਾਂ ਦੀ ਧਰਤੀ, ਧਰਤੀ ਦੇ 'ਚ ਕੋਈ ਕਸੂਰ ਨਹੀਂ। ਪੂਰੀ ਦੁਨੀਆ ਘੁੰਮ ਲਈ ਮੈਂ, ਪੂਰੀ ਦੁਨੀਆ, ਨਿਊਜ਼ੀਲੈਂਡ, ਆਸਟ੍ਰੇਲੀਆ, ਹਾਲੈਂਡ, ਬੈਲਜੀਅਮ, ਫਰਾਂਸ, ਜਰਮਨੀ, ਇਟਲੀ, ਅਮਰੀਕਾ, ਕੈਨੇਡਾ, ਬਹੁਤ ਬਹੁਤ ਵਾਰੀ ਜਾਇਆ ਏ ਵੀਰੋ। ਪੂਰੀ ਦੁਨੀਆ 'ਚ ਐਦੂ ਤਕੜੀ ਧਰਤੀ ਹੈ ਨਹੀਂ ਕਿਤੇ, ਐਦੂ ਤਕੜੀ ਸਾਡੀ ਧਰਤੀ 150 ਮਣ ਦਾਣੇ ਪੈਦਾ ਕਰ ਦਿੰਦੀ ਹੈ ਇੱਕ ਸਾਲ 'ਚ, 90 ਮਣ ਝੋਨਾ, 60 ਮਣ ਕਣਕ, 150 ਮਣ ਇੱਕ ਸਾਲ 'ਚ ਦਾਣੇ ਪੈਦਾ ਕਰਦੀ ਹੈ ਸਾਡੀ ਧਰਤੀ। ਅਮਰੀਕਾ, ਕੈਨੇਡਾ, ਇੰਗਲੈਂਡ, ਹਾਲੈਂਡ, ਬੈਲਜੀਅਮ, ਫਰਾਂਸ, ਆਸਟ੍ਰੇਲੀਆ, ਨਿਊਜ਼ੀਲੈਂਡ,
25 ਤੋਂ 30 ਮਿੰਟ ਦਾਣੇ ਵੀ ਨਹੀਂ ਪੈਦਾ ਕਰਦੀ ਧਰਤੀ, ਕਿਉਂਕਿ 6-6 ਮਹੀਨੇ ਤਾਂ ਬਰਫ ਹੀ ਪਈ ਰਹਿੰਦੀ ਹੈ। ਫਿਰ ਬਰਫ ਖੁਰਦੀ ਹੈ, ਉਹ ਤੋਂ ਬਾਅਦ ਕੁਛ ਬੀਜ ਲੈਂਦੇ ਨੇ। ਪਰ ਮੇਰੀ ਸਮਝ ਤੋਂ ਬਾਹਰ, ਮੇਰੀ ਵਿਦਿਆ ਤੋਂ ਬਾਹਰ 25-30 ਮਨ ਵਾਲੇ ਮੌਜਾਂ ਕਰੀ ਜਾਂਦੇ ਆ, ਆ 150 ਮਨ ਵਾਲੇ ਭੁੱਖੇ ਮਰੀ ਜਾਂਦੇ ਆ। ਕਿਉਂ ਜੀ? ਕਿਉਂਕਿ ਜਿਹੜੇ ਬੰਦੇ ਮੂਹਰੇ ਲਾਏ ਸੀ ਨਾ ਲੀਡਰ, ਉਹ ਮਾਰੇ ਨਿਕਲੇ, ਉਹ ਆਪਣੇ ਸੌਦੇ ਕਰ ਜਾਂਦੇ ਆ, ਉਹ ਆਪਾਂ ਨੂੰ ਵੇਚ ਜਾਂਦੇ ਆ, ਉਹ ਆਪਣੇ ਨਾਂ ਤੇ ਕਮਿਸ਼ਨ ਖਾਂਦੇ ਆ। ਉਹਨਾਂ ਨੇ ਕਦੇ ਆਪਣੇ ਹੱਕ 'ਚ ਕਾਨੂੰਨ ਨਹੀਂ ਬਣਾਇਆ, ਕੋਈ ਹਾਂ ਦਾ ਨਾਰਾ ਨਹੀਂ ਮਾਰਿਆ। ਡੱਬਿਆਂ ਦਾ ਕੋਈ ਕਸੂਰ ਨਹੀਂ ਹੁੰਦਾ ਮਾਲਪੁਰ ਵਾਲਿਓ, ਡੱਬੇ ਤਾਂ ਉੱਧਰ ਹੀ ਜਾਂਦੇ ਆ ਜਿੱਧਰ ਇੰਜਣ ਲੈ ਕੇ ਜਾਂਦਾ ਹੈ। ਹੁਣ ਇੰਜਣ ਹੀ ਪੰਜਾਬ ਦਾ 90 ਸਾਲ ਪੁਰਾਣਾ ਲਾਈ ਬੈਠੇ ਹੋ, ਮੈਂ ਕੀ ਕਰਾਂ? ਇੰਜਣ ਬਦਲੋ, ਹੁਣ ਤਾਂ ਕੋਲਿਆਂ ਵਾਲੇ ਵੀ ਬੰਦ ਹੋ ਗਏ। ਉਹ ਦਿੱਲੀ ਵਾਲਿਆਂ ਨੇ ਇੰਜਣ ਬਦਲ ਲਿਆ, ਨਵਾਂ ਮਾਡਲ ਲਾ ਲਿਆ ਕੇਜਰੀਵਾਲ, ਪਟੜੀ ਤੇ ਚੜ ਗਈ ਗੱਡੀ, ਇੰਜਣ ਬਦਲੋ। ਸੋ ਵੀਰੋ, ਇਹਨਾਂ ਤੋਂ ਕੋਈ ਉਮੀਦ ਨਾ ਕਰਿਓ। ਇਹਨਾਂ ਨੇ ਸਿਰਫ ਬਾਰੀਆਂ ਬੰਨੀਆਂ ਹੋਈਆਂ, 5 ਸਾਲ ਤੂੰ, 5 ਸਾਲ ਮੈਂ। ਜੇ ਮੈਂ ਆ ਗਿਆ ਮੈਂ ਤੈਨੂੰ ਨੀ ਕੁਛ ਕਹਿੰਦਾ, ਤੂੰ ਆ ਗਿਆ ਤੂੰ ਮੈਨੂੰ ਨਾ ਕੁਛ ਪੁੱਛੀ ਬਸ। ਇਹ ਚੱਕੀ ਦੇ ਦੋ ਪੁੜ ਨੇ, ਕਾਂਗਰਸੀ ਤੇ ਅਕਾਲੀ। ਮੈਂ ਵੀ ਆਪਣੀ ਦਾਦੀ ਨੂੰ ਚੱਕੀ ਪੀਂਦੇ ਦੇਖਿਆ ਹੋਇਆ। ਪਹਿਲਾਂ ਘਰਾਂ 'ਚ ਹੀ ਪੀਣਾ ਪੀ ਲੈਂਦੇ ਸੀ। ਚੱਕੀ ਦੇ ਦੋ ਪੁੜ ਹੁੰਦੇ ਨੇ, ਥੱਲੇ ਵਾਲਾ ਪੁੜ ਨਹੀਂ ਘੁੰਮਦਾ ਹੁੰਦਾ, ਉੱਪਰ ਵਾਲਾ ਘੁੰਮਦਾ ਹੁੰਦਾ। ਦਾਣੇ ਵਿਚਾਲੇ ਹੁੰਦੇ ਆ ਦੋਨਾਂ ਦੇ। ਪਿਛਲੇ 9.5 ਸਾਲ ਤੋਂ ਕਾਂਗਰਸ ਵਾਲਾ ਪੁੜ ਖੜਾ ਹੈ, ਅਕਾਲੀਆਂ ਵਾਲਾ ਚੱਲੀ ਜਾਂਦਾ ਹੈ। ਵਿਚਾਲੇ ਆਪਾਂ ਸਾਰੇ ਦਾਣੇ, ਪਿਸੀ ਜਾਂਦੀ ਹੈ ਜਨਤਾ, ਪਿਸੀ ਜਾਂਦੀ ਹੈ ਮਹਿੰਗਾਈ 'ਚ ਪਿਸ ਕੇ, ਗਰੀਬੀ 'ਚ ਪਿਸ ਕੇ, ਬੇਰੁਜ਼ਗਾਰੀ 'ਚ ਪਿਸੀ ਜਾਂਦੇ ਹਾਂ, ਪਿਸੀ ਜਾਂਦੇ ਹਾਂ। ਫਿਰ ਵੋਟਾਂ ਵੇਲੇ 5 ਸਾਲਾਂ ਬਾਅਦ ਸੋਚ ਲੈਂਦੇ ਹਾਂ, ਬਹੁਤ ਜ਼ਾਲਮ ਚੱਕੀ ਹੈ ਬਈ, ਇਹ ਤਾਂ ਪੀਸੀ ਜਾਂਦੀ ਹੈ, ਇਹ ਤਾਂ ਪੀਣਾ ਕਰੀ ਜਾਂਦੇ ਹੈ। ਇਸ ਵਾਰ ਚੱਕੀ ਬਦਲ ਦਿਆਂਗੇ, ਪਲਟ ਦਿਆਂਗੇ ਚੱਕੀ। ਆਪਾਂ ਚੱਕੀ ਪਲਟ ਦਿੰਦੇ ਹਾਂ, ਕਾਂਗਰਸ ਵਾਲਾ ਚੱਲਣ ਲੱਗ ਜਾਂਦਾ ਹੈ। ਆਪਾਂ ਨੂੰ ਕੀ ਪਤਾ ਹੋਇਆ, ਆਪਾਂ ਤਾਂ ਵਿਚਾਲੇ ਰਹੇ। ਚੱਕੀ ਨੂੰ ਜਿੱਧਰ ਨੂੰ ਮਰਜ਼ੀ ਪਲਟ ਦਿਓ, ਦਾਣੇ ਵਿਚਾਲੇ ਰਹਿੰਦੇ ਨੇ। ਪਰ ਕੋਈ ਗੱਲ ਨਹੀਂ, ਅਤਕੀ ਪਰਮਾਤਮਾ ਨੇ, ਪਰਵਦਗਾਰ ਨੇ, ਸੱਚੇ ਪਾਤਸ਼ਾਹ ਨੇ ਇੱਕ ਚਮਤਕਾਰ ਕੀਤਾ ਹੈ। ਉਹਨੇ ਕੇਜਰੀਵਾਲ ਨੂੰ ਇੱਕ ਝਾੜੂ ਦੇ ਕੇ ਭੇਜਤਾ, ਕਹਿੰਦਾ ਦੋਨੇ ਪੁੜਾਂ 'ਚੋਂ ਦਾਣੇ ਹੂੰਝ ਲੈ ਝਾੜੂ ਨਾਲ ਪਾਈ, ਦਾਣੇ ਕੱਢ ਲੈਣੇ। ਖਾਲੀ ਪੁੜਾ ਆਪ 'ਚ ਘਸੇ ਜਾਣ, ਚੰਗਿਆੜੇ ਨਿਕਲਦੇ, ਹੋਰ ਕੁਛ ਨਹੀਂ ਹੁੰਦਾ। ਕਹਿੰਦੇ ਪੰਜਾਬ ਤਰੱਕੀ ਕਰੀ ਜਾਂਦਾ, ਕਿੱਥੇ ਤਰੱਕੀ ਕਰੀ ਜਾਂਦਾ? ਕਹਿੰਦੇ ਅਸੀਂ ਸੜਕਾਂ ਬਣਾਤੀਆਂ, ਸੁਖਬੀਰ ਬਾਦਲ ਕਹਿੰਦਾ ਸੜਕਾਂ ਕਿਹਨੇ ਬਣਾਈਆਂ ਨੇ? ਪ੍ਰਾਈਵੇਟ ਕੰਪਨੀਆਂ ਨੂੰ ਸੜਕਾਂ ਵੇਚਤੀਆਂ, ਉਹ ਟੋਲ ਲਾ ਰੱਖੇ ਨੇ, ਜਾਂਦਿਆਂ ਤੋਂ 80 ਲੈ ਲਓ, ਆਉਂਦਿਆਂ ਤੋਂ 90 ਲੈ ਲਓ। ਤੇ ਜੇ ਜਿੱਥੇ ਟੋਲ ਹੈ ਨਹੀਂ ਉੱਥੇ ਸੜਕਾਂ ਹੈ ਨਹੀਂ, ਅਗੜ ਸ਼ੰਕਰ ਤੋਂ ਨਵੇਂ ਸ਼ਹਿਰ ਨੂੰ ਚਲੇ ਜਾਇਓ, ਕਿਹੜਾ ਗੱਡੀ ਥੱਲੇ ਉਤਰਦੀ ਹੈ ਫਿਰ ਚੜ੍ਹਦੀ ਹੈ। ਅੱਜ ਪਿਛਲੀ ਗੱਡੀ ਨੂੰ ਰੁਕਣਾ ਪੈਂਦਾ ਵੀ ਹਜੇ ਟੋਏ 'ਚੋਂ ਗੱਡੀ ਪਹਿਲੀ ਨਿਕਲੀ ਨਹੀਂ। ਆਹ ਸੜਕਾਂ ਨੇ, ਆਹ ਵਿਕਾਸ ਹੈ ਸਾਡਾ, ਕਿਹੜਾ ਵਿਕਾਸ ਹੋ ਗਿਆ? ਹੁਣ ਵੈਨਾਂ ਭੇਜਦੀ ਅਕਾਲੀ ਦਲ ਨੇ ਪਿੰਡਾਂ 'ਚ ਕਿ ਵਿਕਾਸ ਦਿਖਾਓ, ਕਿੰਨਾ ਵਿਕਾਸ ਹੋ ਗਿਆ। 4 ਸਾਹਿਬਜ਼ਾਦੇ ਇੱਕ ਧਾਰਮਿਕ ਫਿਲਮ ਨੂੰ 5 ਮਿੰਟਾਂ ਬਾਅਦ ਰੋਕ ਲੈਂਦੇ ਨੇ, ਲੋਕ ਇਕੱਠੇ ਫਿਲਮ ਦੇਖਣ ਵਾਸਤੇ ਕਰ ਲੈਂਦੇ ਆ। ਫਿਰ ਬਾਦਲ ਸਾਹਿਬ ਆਉਂਦੇ ਆ ਤੇ ਪ੍ਰਾਪਤੀਆਂ ਦੱਸਦੇ, ਐਂ ਹੋ ਗਿਆ, ਐਂ ਹੋ ਗਿਆ। ਆ ਮੀਡੀਆ ਖੜਾ, ਮੈਂ ਪੁੱਛਣਾ ਚਾਹੁੰਦਾ ਇਹ ਕਿਹੋ ਜਿਹਾ ਵਿਕਾਸ ਹੈ ਜਿਹੜਾ 9.5 ਸਾਲਾਂ ਬਾਅਦ ਵੀ ਬੈਨਾਂ ਰਾਹੀਂ ਵਸਣਾ ਪੈ ਰਿਹਾ ਹੈ? ਜੇ ਵਿਕਾਸ ਹੋਇਆ ਹੁੰਦਾ ਨਜ਼ਰ ਆਉਣ ਲੱਗ ਜਾਂਦਾ, ਜੇ ਹਸਪਤਾਲ ਬਣੇ ਹੁੰਦੇ ਦਿਸਣ ਲੱਗ ਜਾਂਦੇ, ਜੇ ਸਕੂਲ ਬਣੇ ਹੁੰਦੇ ਨਜ਼ਰ ਆਉਣ ਲੱਗ ਜਾਂਦੇ, ਜੇ
ਨੌਕਰੀਆਂ ਮਿਲੀਆਂ ਹੁੰਦੀਆਂ ਨਜ਼ਰ ਆਉਣ ਲੱਗ ਜਾਂਦੀਆਂ। ਇਹ ਝੂਠਾ ਵਿਕਾਸ ਆ, ਤੁਹਾਡਾ ਆਪਦੇ ਪਰਿਵਾਰਾਂ ਦਾ ਵਿਕਾਸ ਹੋਇਆ। 450 ਬੱਸ ਸਾਹਿਬਾਦ ਕੋਲੇ ਆ ਜਿਹੜੀਆਂ ਵੱਡੇ ਵੱਡੇ ਸ਼ੀਸ਼ੇ ਜਿਹੜੇ ਜਾਂਦੀਆਂ 1.5 ਕਰੋੜ ਵਾਲੀਆਂ ਸਾਰੀਆਂ ਉਹਨਾਂ ਦੀਆਂ ਨੇ। 450 1.5 ਕਰੋੜ ਦੀ ਬੱਸ ਦੀ ਐਵਰੇਜ ਪਾਈਏ, 600-700 ਕਰੋੜ ਤਾਂ ਸੜਕਾਂ ਦੀ ਤੁਰਿਆ ਫਿਰਦਾ ਇਹਨਾਂ ਦਾ। ਆਮ ਬੰਦੇ ਨੂੰ ਕੰਮ ਨਹੀਂ ਕਰਨ ਦਿੰਦੇ, ਆਮ ਬੰਦੇ ਦੇ ਕੰਮ ਖੋਲੇ। ਲਚਾਰ ਬੇਰੁਜ਼ਗਾਰ ਨੌਜਵਾਨ ਰਲ ਕੇ ਤੁਹਾਡੇ ਇਲਾਕੇ ਦੇ ਇੱਥੇ ਢਾਬਾ ਖੋਲ ਲਓ GT ਰੋਡ ਤੇ, ਵੀ ਚਲੋ ਯਾਰ ਨੌਕਰੀ ਤਾਂ ਨਹੀਂ ਮਿਲਦੀ, ਆਪਾਂ ਕੋਈ ਆਪਣਾ ਕਾਰੋਬਾਰ ਕਰੀਏ, ਢਾਬਾ ਖੋਲ ਲਓ। 5-10 ਦਿਨਾਂ ਬਾਅਦ ਜਦੋਂ 10 ਕਾਰਾਂ 4-5 ਟਰੱਕ ਖੜਨ ਲੱਗ ਗਏ ਢਾਬੇ ਤੇ, ਉਹਦੀ ਆ ਜਾਣਗੇ ਬਾਦਲ ਹੋਰਾਂ ਦੇ ਬੰਦੇ, ਕਹਿੰਦੇ ਹਿੱਸਾ ਪਾਓ ਸਾਡਾ ਹੀ। ਹਾਏ ਇਕੱਲੇ ਕਿੰਨੇ ਕਾਮਯਾਬ ਹੋ ਗਏ ਤੁਸੀਂ, ਸਾਨੂੰ ਦਿਓ ਹਿੱਸਾ। ਪੰਜਾਬੀ ਪੰਜਾਬੀ ਪੂਰੀ ਦੁਨੀਆ 'ਚ ਕਾਮਯਾਬ ਨੇ, ਪੰਜਾਬ 'ਚ ਫੇਲ ਨੇ। ਕਿਉਂ? ਕਿਉਂਕਿ ਇੱਥੇ ਸਾਨੂੰ ਕੰਮ ਨਹੀਂ ਕਰਨ ਦਿੰਦੇ। ਉਹਨਾਂ ਮੁਲਕਾਂ 'ਚ ਮਿਹਨਤ ਕਰਨ ਵਾਲਿਆਂ ਨੂੰ ਸਰਕਾਰ ਸਹਿਯੋਗ ਦਿੰਦੀ ਹੈ, ਹੋਰ ਕਾਮਯਾਬ ਹੋ, ਇੱਥੇ ਨਹੀਂ ਹੋਣ ਦਿੰਦੇ। ਇੱਥੇ ਖੋਹਦੇ ਹੈ, ਹਟਾਉਂਦੇ ਹੈ, ਸਾਰੇ ਵਪਾਰੀ ਇੱਥੋਂ ਭਜਾਤੇ ਹਿੱਸਾ ਮੰਗਦੇ। ਮੰਡੀ ਗੋਬਿੰਦਗੜ੍ਹ ਲੋਹੇ ਦੀ ਨਗਰੀ ਹੁੰਦੀ ਸੀ, ਖਾਲੀ ਹੋ ਗਈ, ਜਾ ਕੇ ਦੇਖਿਆ ਚਿਮਨੀਆਂ 'ਚ ਘਾਹ ਹੋ ਕੇ ਆਇਆ। ਐਂ ਲੱਗਦਾ ਜਿਵੇਂ 400 ਸਾਲ ਪਹਿਲਾਂ ਕੋਈ ਪਿੰਡ ਕੋਈ ਸ਼ਹਿਰ ਉੱਜੜ ਗਿਆ ਹੋਵੇ। ਲੁਧਿਆਣੇ ਦੀ ਹੌਜਰੀ ਇੰਡਸਟਰੀ ਸਭ ਚਲੇ ਗਏ, ਕੋਈ ਫੈਕਟਰੀ ਨਹੀਂ ਇੱਥੇ ਰਹੀ, ਕਿਉਂਕਿ ਹਿੱਸਾ ਮੰਗਦੇ ਹਰੇਕ ਤੋਂ। ਸੋ ਵੀਰੋ, ਇਹਨਾਂ ਨੂੰ ਕੋਈ ਫਿਕਰ ਨਹੀਂ ਕਿ ਜਦੋਂ ਫੈਕਟਰੀਆਂ ਬੰਦ ਹੁੰਦੀਆਂ ਨੇ ਫਿਰ ਕਿੰਨੇ ਰੋਜ਼ਗਾਰ ਉਸ ਫੈਕਟਰੀ ਦੇ ਨਾਲ ਹੀ ਬੰਦ ਹੋ ਜਾਂਦੇ ਨੇ, ਕਿੰਨੇ ਘਰਾਂ ਦੇ ਚੁੱਲ੍ਹਿਆਂ 'ਚੋਂ ਅੱਗ ਬੁੱਝ ਜਾਂਦੀ ਹੈ। ਸੁਖਬੀਰ ਬਾਦਲ ਜੀ, ਹੈਲੀਕਾਪਟਰ 'ਚੋਂ ਗਰੀਬ ਦੇ ਚੁੱਲ੍ਹੇ ਦੀ ਅੱਗ ਨਜ਼ਰ ਨਹੀਂ ਆਉਂਦੀ ਕਿ ਬੁੱਝ ਗਈ ਜਾਂ ਮੱਚਦੀ ਹੈ। ਥੱਲੇ ਉਤਰੋ ਹੈਲੀਕਾਪਟਰ 'ਚੋਂ, ਧਰਤੀ 'ਤੇ ਆਓ। ਜੇ ਨਹੀਂ ਆਉਂਦੇ ਕੋਈ ਗੱਲ ਨਹੀਂ, ਜਨਵਰੀ 2017 'ਚ ਤੁਹਾਡੇ ਵਾਲੇ ਹੈਲੀਕਾਪਟਰ ਦੀਆਂ ਚਾਬੀਆਂ ਜਨਤਾ ਕੋਲ ਨੇ, ਲਾ ਲੈਣਗੇ ਲੋਕ ਥੱਲੇ। ਵੱਡੇ ਵੱਡੇ ਲਾਹੇ ਨੇ, ਵੱਡੇ ਵੱਡੇ ਲਾਹੇ ਨੇ। ਸੋ ਵੀਰੋ, ਇਹਨਾਂ 'ਤੇ ਯਕੀਨ ਨਾ ਕਰਿਓ, ਇਹ ਸਭ ਰਲੇ ਹੋਏ ਨੇ ਆਪਸ 'ਚ, ਕਾਂਗਰਸੀ ਅਕਾਲੀ ਸਭ ਰਲੇ ਹੋਏ। ਤੁਸੀਂ ਦੇਖਿਆ ਹੋਣਾ ਕੱਲ ਪਾਰਲੀਮੈਂਟ 'ਚ ਸਭ ਇਕੱਠੇ ਸੀ, ਭਗਵੰਤ ਮਾਨ ਨੂੰ ਬਰਖਾਸਤ ਕਰੋ। ਉਹ ਮੈਂ ਇੱਕ ਛੋਟੀ ਜਿਹੀ ਵੀਡੀਓ ਪਾ ਦਿੱਤੀ ਕਿ ਪਾਰਲੀਮੈਂਟ 'ਚ ਕਿੰਨੇ ਸਵਾਲ ਪੁੱਛੇ ਜਾਂਦੇ ਨੇ, ਵੀਡੀਓ ਪਾ ਦਿੱਤੀ, ਤੇ ਉਹ ਮੈਡਮ ਸਪੀਕਰ ਕਹਿੰਦੇ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ। ਮੈਂ ਕਿਹਾ ਠੀਕ ਹੈ ਜੀ, ਮੈਂ ਮਾਫੀ ਮੰਗ ਲੈਂਦਾ, ਮੈਨੂੰ ਪਤਾ ਨਹੀਂ ਸੀ ਇਸ ਗੱਲ ਦਾ, ਪਹਿਲੀ ਵਾਰ ਜਿੱਤ ਕੇ ਗਏ ਹਾਂ। ਉਹ ਕਹਿੰਦੇ ਬਾਕੀ BJP ਵਾਲੇ, ਕਾਂਗਰਸ ਵਾਲੇ, ਅਕਾਲੀ ਦਲ ਵਾਲੇ ਕਹਿੰਦੇ ਨਾ ਜੀ ਨਾ 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 ਮਾਫੀ ਨਹੀਂ। ਹਰਸਿਮਰਤ ਕੌਰ ਨੰਨੀ ਛਾਂ ਇਹ ਕੱਲ ਬੋਲੀ ਜਾਂਦੀ ਸੀ, ਭਗਵੰਤ ਮਾਨ ਨੂੰ ਬਰਖਾਸਤ ਕਰੋ। ਮੈਂ ਕਿਹਾ ਮੈਡਮ ਭਗਵੰਤ ਮਾਨ ਨੂੰ ਬਰਦਾਸ਼ਤ ਕਰੋ। ਹੁਣ ਗਿਆ ਉੱਥੇ ਕੋਈ ਮਸਾ ਤਾਂ ਉੱਥੇ ਕੋਈ ਗਿਆ ਜਿਹੜਾ ਬੋਲਣ ਲੱਗ ਗਿਆ ਉੱਥੇ? ਪਹਿਲਾਂ ਸੌਂਕ ਹੀ ਆ ਜਾਂਦੇ ਸੀ, ਸੁੱਚੇ ਮੂੰਹ ਹੀ ਮੁੜ ਕੇ ਆਉਂਦੇ ਸੀ ਉੱਥੋਂ। ਇਹ ਉਸ ਦਿਨ ਨਹੀਂ ਬੋਲੇ ਜਦੋਂ ਕਿਸਾਨ ਆਤਮ ਹੱਤਿਆ ਕਰਦੇ ਨੇ, ਅਕਾਲੀ ਦਲ ਕਦੇ ਨਹੀਂ ਬੋਲਿਆ। ਜਦੋਂ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਕਬਜ਼ੇ 'ਚ ਕਰਨ ਦਾ ਬਿੱਲ ਆਇਆ ਸੀ, ਬਿੱਲ ਦੇ ਹੱਕ 'ਚ ਭੁਗਤੇ ਨੇ, ਬੋਲੇ ਨਹੀਂ ਹੱਕ 'ਚ। ਜਦੋਂ ਨਸ਼ਿਆਂ ਨਾਲ ਸਾਡੇ ਨੌਜਵਾਨ ਮਰੀ ਜਾਂਦੇ ਆ, ਉਦੋਂ ਨਹੀਂ ਕਦੇ ਬੋਲੇ, ਕੱਲ ਬੋਲੇ ਸਾਰੇ ਇਕੱਠੇ। ਸੋ ਵੀਰੋ, ਇਹ ਸੱਚ ਨੂੰ ਦਬਾ ਨਹੀਂ ਸਕਦੇ, ਇਹ ਆਪਸ 'ਚ ਰਲੇ ਹੋਏ ਨੇ ਸਾਰੇ। ਉਹ ਕੈਪਟਨ ਅਮਰਿੰਦਰ ਸਿੰਘ ਜੀ ਪਟਿਆਲੇ ਤੋਂ MLA ਬਣੇ, ਇੱਕ ਦਿਨ ਵੀ ਵਿਧਾਨ ਸਭਾ ਨਹੀਂ ਗਏ। ਕਹਿੰਦੇ ਛੱਡੋ ਪਰੇ, ਉੱਥੇ ਜਾਣ ਦਾ ਕੀ ਫਾਇਦਾ, ਸਰਕਾਰ ਤਾਂ ਬਣੀ ਨਹੀਂ।
ਅੰਮ੍ਰਿਤਸਰ ਤੋਂ ਐਮ ਪੀ ਬਣੇ, ਇੱਕ ਦਿਨ ਵੀ ਪਾਰਲੀਮੈਂਟ 'ਚ ਨਹੀਂ ਗਏ। ਕਹਿੰਦੇ ਛੱਡੋ ਪਰੇ, ਉੱਥੇ ਜਾਣ ਦਾ ਕੀ ਫਾਇਦਾ, ਸਰਕਾਰ ਤਾਂ ਬਣੀ ਨਹੀਂ। ਪਟਿਆਲੇ ਵਾਲੇ ਮੋਤੀ ਮਹਿਲ 'ਚ ਬੈਠੇ ਬੈਠੇ ਕਹੀ ਜਾਂਦੇ ਪੰਜਾਬੀ, ਉਹ ਮੈਨੂੰ ਮੁੱਖ ਮੰਤਰੀ ਬਣਾ ਦਿਓ, ਹੁਣ ਮੇਰੀ ਵਾਰੀ ਆ। ਕੀ ਗੱਲ, ਪਾਣੀ ਦੀ ਵਾਰੀ ਆ, ਬੁੱਧਵਾਰ ਨੂੰ ਤੇਰੀ, ਵੀਰਵਾਰ ਨੂੰ ਮੇਰੀ, ਲੋਕ ਦਿੰਦੇ ਵਾਰੀਆਂ। ਆਓ ਇੱਥੇ ਲੋਕਾਂ 'ਚ ਪ੍ਰੋਗਰਾਮ ਰੱਖੋ ਉਹਨਾਂ ਮੂਹਰੇ, ਉਹ ਲੋਕ ਵਾਰੀ ਦੇਣਗੇ। ਪਹਿਲਾਂ ਵੀ ਤੁਹਾਨੂੰ ਵਾਰੀ ਦਿੱਤੀ ਸੀ। ਇਸ ਵਾਰ 2017 'ਚ ਨਾ ਤਾਂ ਬਾਦਲ ਦੀ ਵਾਰੀ ਹੈ, ਨਾ ਕੈਪਟਨ ਦੀ ਵਾਰੀ ਹੈ, ਇਸ ਵਾਰ ਆਮ ਲੋਕਾਂ ਦੀ ਵਾਰੀ ਹੈ, ਆਮ ਲੋਕਾਂ ਦੇ ਧੀਆਂ ਪੁੱਤਾਂ ਦੀ ਵਾਰੀ, ਆਮ ਲੋਕਾਂ ਦੀ ਵਾਰੀ। ਸੋ ਵੀਰੋ, ਤੁਹਾਡਾ ਇੰਨੀ ਭਾਰੀ ਗਿਣਤੀ 'ਚ ਇੱਥੇ ਆਉਣਾ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਆਪਣੇ ਮਨ 'ਚ ਇੱਕ ਨਵੀਂ ਉਮੀਦ ਲਈ ਫਿਰਦੇ ਹੋ ਤੇ ਤੁਸੀਂ ਨਵੀਂ ਕਹਾਣੀ ਲਿਖਣ ਵਾਸਤੇ ਤਿਆਰ ਬੈਠੇ। ਆਪਣਾ ਤਾਂ ਚੋਣ ਨਿਸ਼ਾਨ ਵੀ ਇੰਨਾ ਵਧੀਆ ਹੈ, ਕਿਸੇ ਨੂੰ ਦੱਸਣਾ ਹੀ ਨਹੀਂ ਪੈਂਦਾ, ਸੌਖਾ ਹੀ ਹੈ। ਮਾਮਾ ਭੈਣਾਂ ਨੂੰ ਤਾਂ ਜਮਾਂ ਹੀ ਨਹੀਂ ਦੱਸਣਾ ਪੈਂਦਾ, ਇਹ ਤਾਂ ਤੜਕੇ ਤੜਕੇ ਹਨੇਰੇ 'ਚ ਵੀ ਭਾਲ ਲੈਂਦੀਆਂ ਨੇ ਕਿੱਥੇ ਪਿਆ। ਇਸ ਝਾੜੂ ਨਾਲ ਪਹਿਲਾਂ ਆਪਾਂ ਸਿਰਫ ਮਕਾਨ ਜਾਂ ਦੁਕਾਨ ਸਾਫ ਕਰਦੇ ਸੀ, ਹੁਣ ਇਸ ਝਾੜੂ ਨਾਲ ਪੂਰਾ ਹਿੰਦੁਸਤਾਨ ਸਾਫ ਕੀਤਾ ਜਾਊਗਾ। ਦਿੱਲੀ ਦੇ ਵਿੱਚ ਸਰਕਾਰ ਹੈ ਕੇਜਰੀਵਾਲ ਦੀ, ਉਹਨੂੰ ਕੰਮ ਨਹੀਂ ਕਰਨ ਦਿੰਦੇ, ਰੋਜ਼ ਰੋਕਾਂ ਮੰਗਵਾਉਂਦੇ ਨੇ, ਕਦੇ ਅਫਸਰ ਬਦਲ ਦਿੰਦੇ ਨੇ, ਕਦੇ CBI ਦੀ ਰੇਡ ਪਾਉਂਦੇ ਨੇ, ਕਦੇ ਸਾਈਨ ਨਹੀਂ ਕਰਦੇ, ਫਾਈਲਾਂ ਰੋਕ ਲੈਂਦੇ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਹੈ ਜੇ ਆਮ ਆਦਮੀ ਪਾਰਟੀ ਦਿੱਲੀ ਤੋਂ ਬਾਹਰ ਪੰਜਾਬ ਦੇ ਵਿੱਚ ਫੈਲ ਗਈ, ਫਿਰ ਇਸ ਤੋਂ ਬਾਅਦ ਇਹ ਜਿਵੇਂ ਟੋਪਿਆਂ 'ਚ ਹਰੀ ਜੀ ਬੂਟੀ ਉੱਗਦੀ, ਐਂ ਉੱਗੂਗੀ, ਇਹਦੀ ਕੋਈ ਚੜ੍ਹ ਨਹੀਂ ਪਤਾ ਲੱਗਣੀ ਕਿੱਥੋਂ ਚੱਲਦੀ ਹੈ ਇਹ। ਕਿਉਂਕਿ ਪੰਜਾਬ ਪਹਿਲਾਂ ਵੀ ਆਜ਼ਾਦੀ ਦੀ ਜੰਗ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਸਾਡੀਆਂ ਸੀ, ਪੰਜਾਬ ਦੇ ਵਿੱਚ ਦੂਜੀ ਵਾਰ ਜਿਹੜੀ ਆਜ਼ਾਦੀ ਦੀ ਜੰਗ ਲੜ ਰਹੇ ਹਾਂ, ਇਹ ਵੀ ਵੀਰੋ ਇੱਥੋਂ ਹੀ ਜਾਗ ਲੱਗਣਾ ਹੈ, ਇੱਥੋਂ ਹੀ ਸ਼ੁਰੂ ਹੋਣਾ। ਪੈਸੇ ਕਮਾਉਣ ਨਹੀਂ ਆਏ ਅਸੀਂ ਲੀਡਰੀ 'ਚ, ਪੈਸੇ ਕਮਾਉਣ ਵਾਲੇ ਕੰਮ ਛੱਡੀ ਫਿਰਦੇ ਹਾਂ ਸਾਰੇ। ਮੈਂ ਵੀ ਫਿਲਮਾਂ 'ਚੋਂ ਕਰੋੜਾਂ ਰੁਪਏ ਕਮਾ ਲੈਂਦਾ, ਮੈਨੂੰ ਕੀ ਲੋੜ ਸੀ ਸਰਕਾਰਾਂ ਨਾਲ ਮੱਥਾ ਲਾਉਣ ਦੀ। ਉਹੀ PDC ਮੇਰੇ ਬਾਰੇ ਕਹਿੰਦਾ ਹੁੰਦਾ ਸੀ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਪੰਜਾਬ ਦੀ ਸ਼ਾਨ, ਭਗਵੰਤ ਮਾਨ। ਅੱਜ ਕੀ ਕਹਿੰਦਾ, ਬਹੁਤ ਮਾੜਾ ਬੰਦਾ ਕਹਿੰਦੇ। ਜਿਹੜੇ ਇਹਨਾਂ ਨਾਲ ਨੇ ਉਹ ਚੰਗੇ ਨੇ, ਬਾਕੀ ਸਾਰੇ ਮਾੜੇ ਨੇ। ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ, ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਾਰ ਦੀ ਲਾ ਲੈਂਦਾ, ਹੁਣ ਤੱਕ ਤੂੰ ਮੇਰਿਆ ਮਿੱਤਰਾ, ਪੈਸੇ ਬਹੁਤ ਕਮਾ ਲੈਂਦਾ, ਪੈਸੇ ਨਾਲ ਪੋਜੀਸ਼ਨ ਬਣਦੀ, ਕੋਈ ਕਾਰੋਬਾਰ ਚਲਾ ਲੈਂਦਾ, ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ। ਅੱਗਿਓਂ ਜਵਾਬ ਆਇਆ, ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ, ਮੈਂ ਪੈਸੇ ਬਹੁਤ ਕਮਾ ਲੈਂਦਾ, ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ, ਪਰ ਰੁੱਖਾਂ ਨਾਲ ਛਾਵਾਂ ਮਿਲਦੀਆਂ, ਆ ਸਮਾਂ ਸਭ ਨੂੰ ਢਾ ਲੈਂਦਾ। ਉਹ ਕਿੰਨੇ ਧਨੀ ਹੋ ਤੁਰ ਗਏ, ਕੌਣ ਕਿਸੇ ਦਾ ਨਾਂ ਲੈਂਦਾ, ਕੌਣ ਲਿਖਦਾ ਫਿਰ ਸੱਚੀ ਗੁਰਬਾਣੀ, ਜੇ ਨਾਨਕ ਹੱਟੀ ਪਾ ਲੈਂਦਾ। ਜੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਕਾਨ ਖੋਲ ਕੇ ਬਹਿ ਜਾਂਦੇ, ਫਿਰ ਬਾਬਰ ਨਾਲ ਮੱਥਾ ਕੌਣ ਲਾਉਂਦਾ, ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ, ਫਿਰ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ। ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ, ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਬੜੇ ਬੜੇ ਵੱਡੇ ਵੱਡੇ ਰਸਤੇ ਦਿਖਾਏ ਨੇ, ਕਦਮ ਚਿੰਨ੍ਹ ਪਏ ਨੇ। ਜੇ ਥੋੜ੍ਹੇ ਜਿਹੇ ਪਰਸੈਂਟ ਵੀ ਇਹਨਾਂ ਦੇ ਕਦਮ ਚਿੰਨ੍ਹਾਂ ਵੱਲ ਚੱਲ ਪਈਏ ਤਾਂ ਬਹੁਤ ਵੱਡੇ ਬਦਲਾਅ, ਬਹੁਤ ਵੱਡੀ ਚੇਂਜ, ਬਹੁਤ ਵੱਡੀਆਂ ਕ੍ਰਾਂਤੀਆਂ ਆ ਸਕਦੀਆਂ ਨੇ। ਸਾਡੇ ਗੁਰੂ ਪਹਿਲੇ ਦਿਨੋਂ ਜ਼ੁਲਮ ਨਾਲ ਲੜਦੇ ਰਹੇ ਨੇ, ਜ਼ਾਲਮਾਂ ਨਾਲ ਲੜਦੇ ਰਹੇ। ਸੋ ਵੀਰੋ, 2017 ਆ ਰਹੀ ਹੈ, ਜਦੋਂ ਵੋਟ ਪਾਉਣ ਜਾਓਗੇ ਮੇਰੀ ਇੱਕ ਗੱਲ ਯਾਦ ਰੱਖ ਲਿਓ, ਮਸ਼ੀਨ ਵੱਲ ਦੇਖਿਓ, ਜਿਹੜੀ ਵੋਟਾਂ ਪਾਉਣ ਵਾਲੀ ਮਸ਼ੀਨ ਹੈ,
ਉਹ ਮਸ਼ੀਨ ਦੇ ਵਿੱਚ ਬਟਨ ਹੈ, ਬਟਨ ਦੇ ਸਾਹਮਣੇ ਚੋਣ ਨਿਸ਼ਾਨ ਹੁੰਦਾ ਹੈ। ਇੱਕ ਵਾਰੀ ਗੌਰ ਨਾਲ ਦੇਖ ਲਿਓ, ਨਾ ਤਾਂ ਉਹ ਬਟਨ ਪੰਜੇ ਦਾ, ਨਾ ਉਹ ਬਟਨ ਤੱਕੜੀ ਦਾ, ਨਾ ਉਹ ਬਟਨ ਗੱਡੇ ਦਾ, ਪੌੜੀ ਦਾ, ਹਾਥੀ ਦਾ, ਨਾ ਉਹ ਬਟਨ ਝਾੜੂ ਦਾ। ਅਸਲ ਚ ਉਹ ਬਟਨ ਤੁਹਾਡੇ ਬੱਚਿਆਂ ਦੀ, ਤੁਹਾਡੇ ਜਵਾਕਾਂ ਦੀ ਕਿਸਮਤ ਦਾ ਬਟਨ ਹੈ ਜੀ, ਕਿਸਮਤ ਦਾ। ਜੇ ਗਲਤ ਬਟਨ ਦੱਬ ਕੇ ਆਉਂਗੇ, ਜੇ ਕਿਸੇ ਲਾਲਚ ਪੈ ਕੇ ਜਾਂ ਮਾਮੇ ਫੁੱਫੜਾਂ ਦੇ ਕਹਿਣ ਤੇ ਗਲਤ ਬਟਨ ਦੱਬ ਕੇ ਆਉਂਗੇ, ਸਮਝ ਲਓ ਆਪਦੇ ਬੱਚਿਆਂ ਦੀ ਕਿਸਮਤ ਨੂੰ 5 ਸਾਲਾਂ ਵਾਸਤੇ ਗਹਿਣੇ ਰੱਖੇ ਆਉਂਗੇ, ਗਹਿਣੇ। ਹੋਰ ਕੋਈ ਚਾਰਾ ਨਹੀਂ ਹੈਗਾ ਹੁਣ ਇਹਨਾਂ ਤੋਂ ਖਹਿੜਾ ਛਡਾਉਣ ਦਾ। ਆਪਸ ਚ ਇਕੱਠੇ ਹੋ ਜਾਓ, ਜਿਵੇਂ ਇਹ ਇਕੱਠੇ ਨੇ ਤੁਸੀਂ ਵੀ ਇਕੱਠੇ ਹੋ ਜਾਓ। ਆਪਾਂ ਨੂੰ ਲੜਾ ਲੈਂਦੇ ਧਰਮਾਂ ਦੇ ਨਾਂ ਤੇ, ਜਾਤਾਂ ਦੇ ਨਾਂ ਤੇ ਵੰਡ ਲੈਂਦੇ ਆ, ਤੇ ਫਿਰ ਸਾਧੂ ਵੰਡ ਕੇ ਜਿੱਤ ਜਾਂਦੇ ਆ ਤੇ ਜਿੱਤ ਕੇ ਚੰਡੀਗੜ੍ਹ ਤੁਰ ਜਾਂਦੇ ਆ। ਮੈਂ ਪਿੱਛੇ ਜੇ ਚੰਡੀਗੜ੍ਹ ਦੇ ਇੱਕ ਹੋਟਲ ਚ ਗਿਆ, ਉੱਥੇ ਅਕਾਲੀ ਦਲ ਦੇ ਬਹੁਤ ਵੱਡੇ ਲੀਡਰ ਤੇ ਇੱਕ ਕਾਂਗਰਸ ਦਾ ਲੀਡਰ ਦੋਨੇ ਇਕੱਠੇ ਇੱਕੋ ਟੇਬਲ ਤੇ ਬੈਠੇ ਰੋਟੀ ਖਾਈ ਜਾਣ। ਮੈਂ ਕਿਹਾ ਯਾਰ ਤੁਸੀਂ ਆਪਸ ਚ ਅਖਬਾਰਾਂ ਚ ਇੱਕ ਦੂਜੇ ਦੇ ਵਿਰੁੱਧ ਬੋਲਦੇ ਹੋ, ਇੱਥੇ ਤੁਸੀਂ ਇਕੱਠੇ ਬੈਠੇ ਹੋ। ਕਹਿੰਦੇ ਰਾਜਨੀਤੀ ਤੋਂ ਉੱਪਰ ਉੱਠ ਕੇ ਗੱਲ ਚੱਲ ਰਹੀ ਹੈ। ਮੈਂ ਕਿਹਾ ਅਸੀਂ ਗੰਡਾਸੇ ਚੱਕੀ ਫਿਰਦੇ ਹਾਂ, ਅਸੀਂ ਇੱਕ ਦੂਜੇ ਦੀਆਂ ਬਰਾਤਾਂ ਜਾਣੂ ਹਟ ਗਏ, ਅਸੀਂ ਇੱਕ ਦੂਜੇ ਦੇ ਭੋਗਾਂ ਤੇ ਜਾਣੂ ਹਟ ਗਏ, ਤੁਸੀਂ ਇਕੱਠੇ ਬੈਠੇ ਹੋ ਇੱਥੇ ਸਾਡੇ, ਤੁਸੀਂ ਤਿਉਹਾਰ ਵੀ ਵੰਡਦੇ। ਆਹ ਅਕਾਲੀਆਂ ਦਾ ਦੁਸਹਿਰਾ, ਆਹ ਕਾਂਗਰਸੀਆਂ ਦਾ ਦੁਸਹਿਰਾ, ਆਹ ਅਕਾਲੀਆਂ ਦੀ ਦੀਵਾਲੀ, ਆਹ ਕਾਂਗਰਸੀਆਂ ਦੀ ਦੀਵਾਲੀ, ਆਹ ਅਕਾਲੀਆਂ ਟੂਰਨਾਮੈਂਟ, ਆਹ ਕਾਂਗਰਸੀਆਂ ਟੂਰਨਾਮੈਂਟ। ਸਾਡੇ ਪਿੰਡਾਂ ਵੱਲ ਤਾਂ ਕਈ ਪਿੰਡਾਂ ਚ ਸਿਵੇ ਵੀ ਏਦਾਂ ਨੇ, ਆਹ ਅਕਾਲੀਆਂ ਸਿਵੇ, ਆਹ ਕਾਂਗਰਸੀਆਂ ਸਿਵੇ। ਉਹ ਮੈਂ ਕਿਹਾ ਜਿਉਂਦੇ ਜੀ ਤਾਂ ਇਕੱਠੇ ਨਹੀਂ ਰਹਿਣ ਦਿੰਦੇ, ਉਹ ਸਵਾਦ ਹੀ ਢੇਰੀ ਤਾਂ ਇੱਕ ਥਾਵੇਂ ਲਾ ਲਓ, ਉਹ ਵੀ ਨਹੀਂ ਲਾਉਣ ਦਿੰਦੇ ਵੀਰੋ। ਇਹ ਸਾਡੀਆਂ ਸਵਾਹ, ਸਾਡੀਆਂ ਮਿੱਟੀਆਂ ਵੀ ਨਹੀਂ ਇਕੱਠੀਆਂ ਹੋਣ ਦਿੰਦੇ। ਸੋ ਇਹਨਾਂ ਤੋਂ ਬਚੋ, ਇਹਨਾਂ ਦੀਆਂ ਚਾਲਾਂ ਸਮਝੋ। ਕੈਪਟਨ ਅਮਰਿੰਦਰ ਸਿੰਘ ਜੀ ਕਦੇ ਅਕਾਲੀ ਦਲ ਦੇ ਖਿਲਾਫ਼ ਨਹੀਂ ਬੋਲਦੇ, ਅਕਾਲੀ ਦਲ ਕਦੇ ਉਹਨਾਂ ਦੇ ਖਿਲਾਫ਼ ਨਹੀਂ ਬੋਲਦਾ। ਦੋਨੇ ਰਲ ਕੇ ਆਪ 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 ਆਪ, ਬਸ ਆਮ ਆਦਮੀ ਪਾਰਟੀ ਦੋਨੇ ਰਲ ਕੇ, ਕਿਉਂਕਿ ਇਹਨਾਂ ਨੂੰ ਖਤਰਾ ਹੈ ਕਿ ਜੇ ਆ ਗਏ ਇਹਨਾਂ ਨੇ ਕਿਸੇ ਦਾ ਲਿਹਾਜ਼ ਨਹੀਂ ਕਰਨਾ, ਇਹਨਾਂ ਨੇ ਲਿਹਾਜ਼ ਨਹੀਂ ਕਰਨਾ। ਸਵਾ ਦੋ ਸਾਲ ਹੋ ਗਏ, ਸਵਾ ਦੋ ਸਾਲ ਹੋ ਗਏ ਮੈਨੂੰ MP ਬਣੇ ਨੂੰ, ਹਜੇ ਤੱਕ ਸੁਖਬੀਰ ਬਾਦਲ ਨੂੰ ਯਕੀਨ ਨਹੀਂ ਆਇਆ ਕਿ ਮੈਂ ਜਿੱਤ ਗਿਆ। ਪੱਤਰਕਾਰਾਂ ਨੇ ਪੁੱਛਿਆ ਡਿਪਟੀ ਮੁੱਖ ਮੰਤਰੀ ਨੂੰ ਕਿ ਆਮ ਆਦਮੀ ਪਾਰਟੀ ਦੇ ਰੈਲੀਆਂ 'ਚ ਬਹੁਤ ਭਾਰੀ ਇਕੱਠ ਹੋ ਜਾਂਦਾ, ਦੋ ਦਿਨ ਪੋਸਟਰ ਲਾ ਦੋ ਲੋਕ ਆਪੀ ਆ ਜਾਂਦੇ ਆ, ਇਹਦਾ ਮਤਲਬ ਇਹ ਇਨਕਲਾਬ ਦੇ ਸੰਕੇਤ ਨੇ, ਇਹ ਨਿਸ਼ਾਨੀ ਹੈ ਕ੍ਰਾਂਤੀ ਦੀ। ਉਹ ਕਹਿੰਦੇ ਨਾ ਨਾ ਨਾ, ਵੋਟਾਂ ਤਾਂ ਉਹ ਸਾਨੂੰ ਹੀ ਪਾਉਂਦੇ ਆ, ਉਹ ਇਕੱਠ ਤਾਂ ਹੋ ਜਾਂਦਾ ਉਹ ਭਗਵੰਤ ਮਾਨ ਦੀਆਂ ਜਿਹੜੀਆਂ ਗੱਲਾਂ ਸੁਣਨ ਚਲੇ ਜਾਂਦੇ ਆ। ਮੈਂ ਕਿਹਾ ਫਿਰ ਐਂ ਕਰੋ, ਸੰਗਰੂਰ ਤੋਂ ਢੀਂਡਸੇ ਨੂੰ ਪੁੱਛ ਲਓ ਜੀ ਉੱਥੇ ਕਿਹੜਾ ਗਾਜਰਾਂ ਸੁਣਾਈਆਂ ਸੀ। ਇਹ ਕਹਿੰਦੇ ਗੱਲਾਂ ਸੁਣ ਨਹੀਂ ਜਾਂਦੀਆਂ। ਸੋ ਵੀਰੋ, ਇਹ ਲੋਕਾਂ ਨੂੰ ਭੁਲੇਖੇ 'ਚ ਪਾਉਂਦੇ, ਇਹ ਆਪ ਇਹਨਾਂ ਕੋਲ ਹੈ ਨਹੀਂ ਕੱਖ। ਉਹ ਸੁਖਬੀਰ ਬਾਦਲ ਜੀ ਤਾਂ ਅਗਲੇ ਦਿਨ ਵੀ ਨਹੀਂ ਪਤਾ ਲੱਗਦਾ ਕੱਲ੍ਹ ਮੈਂ ਕੀ ਕਿਹਾ ਆ, ਕਿਹੜਾ ਬਿਆਨ ਦਿੱਤਾ। ਤੁਸੀਂ ਦੇਖੀ ਉਹਦੀ ਹੋਲੀ ਵਾਲੀ ਫੋਟੋ, ਇੱਕ ਹੋਲੀ ਮਨਾਉਂਦੇ ਦੀ ਫੋਟੋ ਹੈ, ਦੇਖੀਏ। ਓਹੋ ਹੋ ਹੋ ਹੋ, ਐ ਲੱਗਦਾ ਮਾਲਪੁਰ ਵਾਲੇ ਬੱਸ ਅੱਡੇ 'ਤੇ ਕੋਈ ਕਮਲਾ ਕਾਗਜ਼ ਚੁੱਕਦਾ ਫਿਰਦਾ ਹੋਵੇ। ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸਿਰ 'ਤੇ ਪੱਗ ਹੈ ਨਹੀਂ, ਅਤੇ ਲੋਕਾਂ ਦੀਆਂ ਪੱਗਾਂ ਪਰਖਦੇ ਆ, ਇਹ ਲੋਕਾਂ ਦੇ ਧਰਮ ਪਰਖਦੇ ਆ। ਸੋ ਵੀਰੋ, ਇਹ ਧਰਤੀ ਨਾਲ ਜੁੜੇ ਨਹੀਂ ਹੋਏ, ਇਹ ਤਾਂ ਸਿਰਫ ਤਹਾਂ ਤਹਾਂ ਤੋਂ ਹੀ ਨੇ, ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਆ,
ਅਮਰੀਕਾ ਕੈਨੇਡਾ ਚਲੇ ਗਏ, ਆਉਣ ਸਾਰ ਸਿੱਧੇ ਡਿਪਟੀ ਮੁੱਖ ਮੰਤਰੀ। ਸੁਖਬੀਰ ਬਾਦਲ ਨਾਲੋਂ ਵੱਧ ਪੜ੍ਹੇ ਲਿਖੇ ਮੁੰਡੇ ਸ਼ਰਤ ਲਾਉਣਾ ਮੈਂ ਐਸੇ ਰੈਲੀ ਚ ਖੜੇ ਹੋਣਗੇ, ਪਰ ਉਹ ਆਮ ਧੀਆਂ ਨੇ, ਉਹ ਆਮ ਪੁੱਤ ਨੇ, ਉਹ ਆਮ ਲੋਕਾਂ ਦੇ ਧੀਆਂ ਪੁੱਤ ਨੇ, ਇਸ ਕਰਕੇ ਬੇਰੁਜ਼ਗਾਰ ਨੇ। ਸੁਖਬੀਰ ਬਾਦਲ ਬਾਦਲ ਦਾ ਮੁੰਡਾ ਹੈ, ਇਸ ਕਰਕੇ ਡਿਪਟੀ ਮੁੱਖ ਮੰਤਰੀ। ਪਰਮਿੰਦਰ ਸਿੰਘ ਢੀਂਡਸੇ ਤੋਂ ਵੱਧ ਪੜ੍ਹੇ ਲਿਖੇ ਆ ਸਭਾ ਚ ਖੜੇ ਹੋਣਗੇ, ਪਰ ਕਿਉਂਕਿ ਉਹ ਆਮ ਲੋਕਾਂ ਦੇ ਧੀਆਂ ਪੁੱਤ ਨੇ, ਉਹ ਬੇਰੁਜ਼ਗਾਰ ਨੇ, ਧਰਨੇ ਦਿੰਦੇ ਫਿਰਦੇ ਆ, ਤੇ ਉਹ ਢੀਂਡਸੇ ਦਾ ਮੁੰਡਾ ਹੈ, ਵਿੱਤ ਮੰਤਰੀ ਹੈ। ਆ ਫਰਕ ਹੈ, ਆਮ ਆਦਮੀ ਪਾਰਟੀ ਆਹੀ ਲੜਾਈ ਲੜਨ ਜਾ ਰਹੀ ਹੈ ਕਿ ਆਮ ਲੋਕਾਂ ਦੀ ਵੀ ਵਾਰੀ ਆਉਣੀ ਚਾਹੀਦੀ ਹੈ। ਇਹ ਤੁਸੀਂ ਜਿਹੜੇ ਠੇਕੇ ਲੈ ਗਏ, ਇਹ ਪੰਜ ਪੰਜ ਸਾਲ ਦੀਆਂ ਜਿਹੜੀਆਂ ਵਾਰੀਆਂ ਬੰਨੀਆਂ, ਇਹ ਵਾਰੀਆਂ ਤੋੜਾਂਗਾ। ਆਮ ਆਦਮੀ ਪਾਰਟੀ ਆ ਏਜੰਡਾ ਲੈ ਕੇ ਚਲੀ ਜਾਂਦੀ। ਸੋ ਵੀਰੋ, ਮੈਨੂੰ ਪੱਤਰਕਾਰ ਕਹਿੰਦੇ 2017 ਚ ਆਮ ਆਦਮੀ ਪਾਰਟੀ ਨੂੰ ਕਿੰਨੀਆਂ ਸੀਟਾਂ ਜਿੱਤਣ ਦੀ ਉਮੀਦ ਹੈ। ਮੈਂ ਕਿਹਾ ਜੀ, ਜਦੋਂ ਹਨੇਰੀ ਆਉਂਦੀ ਹੈ ਅਗਲੇ ਦਿਨ ਹੀ ਪਤਾ ਲੱਗਦਾ ਵੀ ਕਿਹੜਾ ਦਰਖਤ ਡਿੱਗ ਪਿਆ, ਕਿਹੜਾ ਬਚ ਗਿਆ। ਕਈ ਵਾਰੀ ਬੋਰਡ ਖੜਾ ਹੁੰਦਾ ਜਾਂ ਬੋਰਡ ਡਿੱਗਿਆ ਪਿਆ ਹੁੰਦਾ, ਗੇਂਦੇ ਦਾ ਬੂਟਾ ਬਚ ਜਾਂਦਾ। ਸੋ ਇਹ ਤਾਂ ਹੁਣ ਹਨੇਰੀ ਆਊਗੀ ਇੱਕ, ਔਰ ਜੇ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਵਾਲੇ ਸਾਡੇ ਵਰਗੀ ਨੇ, ਸਾਡੇ ਵਰਗੀਆਂ ਗੱਲਾਂ ਕਰਦੇ ਆ, ਉਹੀ ਦੁੱਖੇ ਨੇ, ਇਹ ਵੀ ਨਹੀਂ ਫਿਰਦੇ ਆ ਜਿਹੜੇ ਸਾਡੇ ਦਿਲ 'ਚ ਹੈ, ਤਾਂ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਕੇ ਸਾਡੀ ਟੀਮ ਦਾ ਹੌਸਲਾ ਵਧਾ। ਸੱਚ ਵੱਲੋਂ ਨਹੀਂ ਹਟਣਾ ਸੀ, ਜਿਨ੍ਹਾਂ ਚਿਰ ਲੜਾਈ ਜਿੱਤੀ ਨਹੀਂ ਜਾਂਦੀ, ਲੜਾਈ ਤੁਹਾਡੇ ਸਹਿਯੋਗ ਨਾਲ ਜਿੱਤੀ ਜਾਊਗੀ। ਇਹ ਇਕੱਲੇ ਬੰਦਿਆਂ ਦੀ ਲੜਾਈ ਨਹੀਂ ਹੈਗੀ, ਸਾਰੇ ਪੰਜਾਬ ਦੀ ਲੜਾਈ ਹੈ, ਤੁਹਾਡੇ ਸਹਿਯੋਗ ਦੀ ਲੋੜ। ਦੋਨੇ ਹੱਥ ਉੱਪਰ ਚੱਕ ਕੇ ਦੋ ਇਨਕਲਾਬ ਦੇ ਨਾਅਰੇ ਲਾ ਕੇ ਸਮਾਨ ਗੂੰਜੇ, ਸ਼ਹੀਦਾਂ ਦੀ ਆਤਮਾ ਨੂੰ ਸਕੂਨ ਮਿਲ ਜੂ, ਭ੍ਰਿਸ਼ਟਾਚਾਰੀ ਆਤਮਾ ਤੜਫਣ ਗਿਆ, ਕਿਹਾ ਬੱਦਲ ਬਾਈ ਠੀਕ ਨਹੀਂ ਲੱਗਦੀ, ਮਾਲਪੁਰ ਗੜ੍ਹ ਸ਼ੰਕਰ ਬਾਬਾ। ਦੋਨੇ ਹੱਥ ਉੱਪਰ ਚੱਕ ਕੇ ਦੋ ਨਾਅਰੇ ਲਾ ਦਿਓ, ਇਹ ਇਨਕਲਾਬ।